मनप्रीत हाँ जी मम्मा। इधर आओ तो। हाँ जी बैठ जा। हाँ ना विक्की पैसे फड़ा के गया 20,000 रुपया आई तो इनू रख ला। तू ही अपने कोल रख लो। कोई गल नहीं तू अपने कोल रख ला। कोई नहीं तू ही रखो कोई गल नहीं मैं की करने पैसे। कोई गल नहीं कार ची रहने ना तेरे को या मेरे को एक कोई गल ना। तो जहाँ दीदी नू फड़ा दो। तुम दीदी नू कोई नहीं दीदी नू फड़ाई दे यार तेनू भी फड़ाने दो भैया सामभ के रखा करो ना जिदे को मैं मर्जी मुड़ के फड़ दिया करा। ठीक है हाँ इन सामभ के रख ला। ठीक है प्रीत। हाँ जी मेरी गल सुन आ पैसे मैंने फड़ाए मम्मी ने तुम रख लो इन्हों। मम्मी ने तुम पैसे फड़ाए? हाँ मैंने फड़ाए ही। ठीक है तुम रख लो। जो मम्मी ने तुम फड़ाए तो फिर तुम अपने को रखो ना। मैं की करने तुम रखो अपने को। होर काम कुम दसो कोई करने वाला? कोई नहीं बस प्याज कटन लगी सी बाहर बह के। चल आओ कटिए फिर। मम्मी ने उन्दे पैसे फड़ाते हैं हद है मम्मी वाली। किदा मैडम नंबर बनाने का आ गई उस वेले मैनू फड़ा कि मैनू मम्मी ने पैसे फड़ाए आ। कर दी ना मैं विक्की ना गल कि अजे एक दिन नहीं होया विआह कि आई नूं तुसीं हाथ च पैसे फड़ा भी दिते आ मैडम दे कि ना विक्की ना गल करके आउंदी आ। आ फड़ो पैसे। कादे पैसे? तुहाडी मम्मी ने तुहाडी भाभी नूं फड़ाए सीगे आउंदे अजे एक दिन नहीं होया आई नूं तेरी चौधरी ना घट गई ਮੇਰੀ ਚੌਧਰੀ ਤੂੰ ਨਾ ਟੈਨਸ਼ਨ ਲੈ ਤੇਰੀ ਚੌਧਰ ਉਨੀ ਰਹਿਣੀ ਆ ਘਰ ਦੇ ਵਿੱਚ। ਮੈਂ ਇਹ ਨਹੀਂ ਕਹਿੰਦੀ ਮੇਰੀ ਚੌਧਰ ਘਟ ਗਈ ਆ ਮੈਂ ਇਹ ਕਹਿੰਦੀ ਕਿ ਇੱਕ ਦਿਨ ਦੇ ਵਿੱਚ ਇੰਨਾ ਫਰਕ ਪੈ ਗਿਆ ਆਪਣੀ ਮੰਮੀ ਨੂੰ ਸਮਝਾ ਲਓ ਆਪਣੇ ਪੈਸੇ ਆਪਣੇ ਕੋਲ ਰੱਖੋ ਮੈਂ ਨਹੀਂ ਰੱਖਣੇ ਹੈਗੇ ਜਿਹਦੀ ਹੈ ਨਹੀਂ। ਇਦਾਂ ਦੀਆਂ ਗੱਲਾਂ ਕਰਦੀਆਂ ਸਾਨੂੰ ਤੇ ਇਦਾਂ ਦੀਆਂ ਗੱਲਾਂ ਦਾ ਪਤਾ ਨਹੀਂ ਹੈਗਾ। ਤੁਹਾਨੂੰ ਕਿੱਥੋਂ ਪਤਾ ਹੋਵੇ ਮੈਨੂੰ ਸਾਰਾ ਦੇਖ ਰਿਹਾ ਮੈਨੂੰ ਸਾਰਾ ਸਾਰਾ ਕੁਝ ਜੇ ਤੇਰੇ ਹੱਥ ਦੇ ਵਿੱਚ ਤੈਨੂੰ ਫੜਾਈ ਦਾ ਸਾਰਾ ਕੁਝ ਤੇਰੇ ਕੋਲ ਆ ਤਾਂ ਵੀ ਤੈਨੂੰ ਇਦਾਂ ਦੀਆਂ ਗੱਲਾਂ ਤੂੰ ਕਿਸੇ ਨਾ ਕਿਸੇ ਦਿਨ ਪਵਾੜਾ ਪਾਉਣਾ ਹੀ ਆ ਕੋਈ ਨਾ ਕੋਈ ਘਰ ਦੇ ਵਿੱਚ। ਜਾ ਕੰਮ ਕਰ ਆਪਣਾ ਜਾ ਕੇ ਰੱਖ ਲਈ ਨਾ ਮੈਂ ਆਪੇ ਪੈਸੇ ਹੱਦ ਹੋ ਗਈ ਮੈਂ ਕਹਿੰਦਾ। मेरी गल सुनो। हाँ जी मैं तो मनी चले बाजार ते पैसे दो थोड़े जे मेरे को घट ही तनखा नहीं पई नाले मेरी। चल कोई नहीं ले जा फिर की आ कित चलिया कितने मैं फतेहगढ़ चलिया माड़ा चाहिए किन्ने दो दो 5,000 रुपया अठ हज़ार रुपया ले जा ते मैं कपड़े वाली शॉप नहीं जड़ी हाँ उत्थे पजामा लिया ही गल दा पजामा कुर्ता और फटी लें जगह। चलो ठीक है। हाँ ਲਿਆ ਵਿੱਕੀ ਫੜਾਓ ਪੈਸੇ ਮੈਂ ਸਾਂਭ ਦਿੰਦੀ ਹਾਂ। ਨਹੀਂ ਰਹਿਣ ਦੇ ਹੁਣ ਕਿਉਂ ਕਹਿ ਤੈਨੂੰ। ਹੋਰ ਲਿਆਓ ਫੜਾਓ। ਕੀ ਫੜਾਓ? ਪੈਸੇ ਫੜਾਓ ਮੈਂ ਸਾਂਭ ਦਿੰਦੀ ਹਾਂ ਹੁਣ ਫਿਰ ਮੰਮੀ ਕਹਿਣਗੇ। ਮੰਮੀ ਕਹਿਣਗੇ ਹਾਲੇ ਫੜ ਆਈ ਨੇ ਮੇਰੇ ਤੁਹਾਨੂੰ 10,000 ਫੜਾਇਆ ਸੀ। ਉਹ ਸਹਿਜ ਗਿਆ ਕੱਪੜੇ ਲੈਣ ਮੈਂ ਉਹਨੂੰ ਦੇਤੇ। ਸਹਿਜ ਕੱਪੜੇ ਲੈਣ ਗਿਆ ਵਾ? ਆਹੋ ਤਿੰਨੇ ਦੇ ਅੱਗੇ ਲਿਆ ਕੇ ਦਿੱਤੇ ਆ ਵਿਆਹ ਤੇ ਸਾਰੇ। ਫਿਰ ਕੀ ਹੋਇਆ ਲੈ ਲੈਂਦੇ ਨਵੇਂ ਨਵੇਂ ਆ ਸੌਂਕ ਪਿਆ ਵੀ ਦੇ ਦੇਣੇ ਸੀ ਨਾ ਫਿਰ। ਕੋਈ ਗੱਲ ਨਹੀਂ ਦੇ ਦੂੰਗਾ ਜਾ ਤੂੰ ਸੜਦੀ ਰਹਾ ਕਰ। ਉਹਨਾਂ ਨੂੰ ਕਰਵਾਈ ਜਨੇ ਆਪਣੇ ਲਈ ਮੈਨੂੰ ਕਦੇ ਕਿਹਾ ਸੀ ਸ਼ੋਪਿੰਗ ਕਰ ਲੈ ਕਦੀ ਕੋਈ ਕੁਛ ਲਾਇਆ? ਸਾਰਾ ਕੁਛ ਕਰਵਾਇਆ ਠੀਕ ਆ ਨਾ ਨਾ ਕੁਛ ਕਰਵਾਇਆ ਮੈਨੂੰ ਨਹੀਂ ਕਰਾਇਆ ਹੈਗਾ ਮੈਨੂੰ ਤੇ ਸਪੈਸ਼ਲ ਇਦਾਂ ਖੜਦੇ ਰਿਹਾ ਕੋਈ ਸਾਰਾ ਕੁਛ ਹੀ ਮਿਲਦਾ ਰਿਹਾ ਮੇਰੇ ਵਾਰੀ ਤੇ ਸਾਰੇ ਸੁੱਤੇ ਪਏ ਸੀਗੇ। ਤੈਨੂੰ ਉਦਾਂ ਹੀ ਜ਼ਿਆਦਾ ਚੁੱਭਦੇ ਆ ਉਹ ਤੁਹਾਨੂੰ ਤੇ ਉਹਨਾਂ ਦਾ ਨਾਲ ਹੀ ਪਿਆਰ ਰਹੇ ਜੇ ਚੜਿਆ ਹੀ ਰਹਿਣਾ ਉਹਨਾਂ ਦੇ ਨਾਲ ਹੀ ਬਸ। ਆਹੋ ਮੈਨੂੰ ਚੜਿਆ ਰਹਿਣਾ ਤੂੰ ਕੰਮ ਕਰ ਆਪਣਾ। ਮੈਨੂੰ ਤਾਂ ਤੁਹਾਡੀ ਸਮਝ ਨਹੀਂ ਲੱਗਦੀ ਤੁਹਾਨੂੰ ਉਹਨੇ ਕਿਆਰ ਕੀ ਦਿੱਤਾ ਵਾ ਜਿਹੜਾ ਬਸ ਉਹਦੇ ਮਗਰ 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 ਮਿਚ ਮਿਚ ਕਰਦੇ ਰਹਿੰਦੇ ਸਾਰੇ ਜਾਣੇ
ਮੈਂ ਤੈਨੂੰ ਉਹਨਾਂ ਦੱਸ ਹੀ ਲਵਾਂ ਕੀ ਕਰਤਾ ਮੈਨੂੰ ਉਹਨੇ ਆਹੋ ਮੰਮਾ ਵਿੱਚ ਗਿੱਲੇ ਆ ਕੱਪੜੇ ਥੋੜੇ ਜਿਹੇ ਚਲ ਸੁਕਰੇ ਪਾ ਦਿੰਦੇ ਜਿਹੜੇ ਗਿੱਲੇ ਵਿੱਚ ਲਿਆ ਮੰਮੀ ਜੀ ਕੋਈ ਕੰਮ ਕਰਾਂ ਮੈਂ ਵੀ ਚਲ ਕੋਈ ਨਹੀਂ ਆ ਬਹਿ ਤੂੰ ਲਾਗੇ ਬਹਿ ਜਾ ਅੱਜ ਕਰਨ ਲੱਗਿਆ ਕੰਮ ਕੋਈ ਗੱਲ ਨਹੀਂ ਮੈਂ ਵੀ ਜੋੜ ਦਿੰਦੀ ਹੋਰ ਕਿਵੇਂ ਲੱਗਾ ਸਾਡਾ ਪਰਿਵਾਰ ਪੁੱਤ ਪਰਿਵਾਰ ਬਹੁਤ ਵਧੀਆ ਜੀਜੂ ਲੱਗ ਗਿਆ ਜੀ ਹਾਂਜੀ ਕੋਈ ਗੱਲਬਾਤ ਗੱਲਬਾਤ ਬਸ ਵਧੀਆ ਸਾਰੇ ਵਧੀਆ ਆ ਪਿਆਰ ਕਰਦੇ ਸਾਰੇ ਤੇ ਕਿਸੇ ਚੀਜ਼ ਦੀ ਲੋੜ ਹੋਈ ਤਾਂ ਤੂੰ ਮੈਨੂੰ ਦੱਸਣੀ ਆਣ ਕੇ ਠੀਕ ਆ ਮੈਂ ਆਪੇ ਤੈਨੂੰ ਲੈ ਕੇ ਦੇਵਾਂਗੀ ਜਿਹੜੀ ਵੀ ਚੀਜ਼ ਦੀ ਲੋੜ ਆ ਤੈਨੂੰ ਠੀਕ ਸੰਗਣਾ ਨਹੀਂ ਅਤੇ ਆਪਣੇ ਪਰਿਵਾਰ 'ਚ ਖੁਸ਼ ਰਹਿਣਾ ਠੀਕ ਮਨਪ੍ਰੀਤ ਹਾਂਜੀ ਉਹ ਤਾਂ ਅਸੀਂ ਕੱਪੜੇ ਦੋਵੇਂ ਜਣੇ ਜੋੜਦੀਆਂ ਪਈਆਂ ਅਤੇ ਜਾਹ ਚਾਹ ਬਣਾ ਕੇ ਲਿਆ ਸਾਰਿਆਂ ਲਈ ਚਾਹ ਲਿਆਉਣੀ ਮੈਂ ਹਾਂ ਆਉਣ ਵਾਲੇ ਸਹਿਜ ਹੋਣੀ ਵੀ ਤਾਂ ਸਾਰੇ ਇਕੱਠੇ ਪੀਂਦੇ ਹਾਂ ਠੀਕ ਆ ਮੰਮੀ ਮੈਨੂੰ ਤਾਂ ਤੁਸੀਂ ਕਦੀ ਨਹੀਂ ਕਿਹਾ ਹੈਗਾ ਕਿ ਤੈਨੂੰ ਕਿਸੇ ਚੀਜ਼ ਦੀ ਲੋੜ ਹੈ ਅਤੇ ਤੁਹਾਨੂੰ ਲਿਆਦਿਆ ਕਰਾਂਗੇ ਵੀ ਅਤੇ ਪੁੱਤ ਉਹ ਆਈ ਹੈ ਨਵੀਂ ਨਵੀਂ ਅਜੇ ਵਿਆਹੀ ਉਹਦਾ ਜੀ ਵੀ ਤਾਂ ਲਾਉਣਾ ਕਿ ਨਹੀਂ ਆਪਾਂ ਜੀ ਤਾਂ ਉਹ ਠੀਕ ਆ ਲਾਉਣਾ ਪਰ ਨਵੀਆਂ ਚੀਜ਼ਾਂ ਨੇ ਨਾਲ ਜੀ ਲੱਗਦਾ ਵਾ ਨਹੀਂ ਉਹਨੂੰ ਆਪਾਂ ਪੁੱਛ ਪੜਤਾਲ ਉਹਦੀ ਕਰਾਂਗੇ ਪੁੱਛਾਂਗੇ ਗਿੱਛਾਂਗੇ ਉਹਨੂੰ ਕੋਲ ਬਿਠਾਵਾਂਗੇ ਉਹਨੂੰ ਪਿਆਰ ਨਾਲ ਪੁੱਛਾਂਗੇ ਕਿਸ ਚੀਜ਼ ਦੀ ਲੋੜ ਆ ਅਤੇ ਤੈਨੂੰ ਤਾਂ ਉਹ ਤਾਂ ਮੈਂ ਸਾਰੇ ਘਰ ਦੀ ਮੁਖਤਿਆਰੀ ਦਿੱਤੀ ਆ ਪੈਸਾ ਧੇਲਾ ਮੈਂ ਤੈਨੂੰ ਫੜਾਉਂਦੀ ਹਾਂ ਹੋਰ ਇਸ ਤੋਂ ਬਾਅਦ ਤੈਨੂੰ ਕੀ ਚਾਹੀਦਾ ਉਹਦੇ ਨਾਲ ਜ਼ਿਆਦਾ ਕਰਦੇ ਆ ਸਾਰੇ ਜੀ ਉਹਦੇ ਨਾਲ ਜ਼ਿਆਦਾ ਕਰਦੇ ਆ ਉਹ ਤਾਂ ਨਵੀਂ ਨਵੀਂ ਆਈ ਨਵਾਂ ਜੀ ਘਰ 'ਚ ਆਵੇ ਤਾਂ ਉਹਦੇ ਨਾਲ ਪਿਆਰ ਕਰੀਦਾ ਹੀ ਆ ਤੂੰ ਤਾਂ ਸਮਝਦਾਰ ਆ ਨਾਲੇ ਵੱਡੀ ਹੈ ਤੈਨੂੰ ਤਾਂ ਘਰ ਬਾਰੇ ਪਤਾ ਉਹ ਅਜੇ ਨਵੀਂ ਅਜੇ ਆਪੇ ਹੌਲੀ ਹੌਲੀ ਉਹ ਵੀ ਤੇਰੇ ਵਰਗੀ ਹੋ ਜਾਏਗੀ ਤੈਨੂੰ ਸਾਰਾ ਪੈਸਾ ਧੇਲਾ ਤੈਨੂੰ ਫੜਾਈਦਾ ਹੈ ਸਾਰੀ ਮੁਖਤਿਆਰੀ ਤੈਨੂੰ ਦਿੱਤੀ ਆ ਅਤੇ ਇਸ ਤਰ੍ਹਾਂ ਤਾਂ ਨਾ ਕਰਿਆ ਕਰ ਆਹੋ ਖਾ ਗਈ ਮਾਂ ਜੀ ਆਪਣੇ ਨੰਬਰ ਬਣਾਉਣਾ ਓਦਾਂ ਮਟਕ ਮਟਕ ਫਿਰਦੀ ਰਹਿੰਦੀ ਨੈਕਲੈਸ ਜਿਹਾ ਪਾ ਕੇ ਸੋਨੇ ਦਾ ਚੂੜੀਆਂ ਚਾੜੀਆਂ ਪਾ ਕੇ ਤੇ ਹੁਣ ਲੱਗੀ ਮੇਰੇ ਸਾਹਮਣੇ ਨੰਬਰ ਬਣਾਉਣ ਸਹਿਜ ਹਾਂ ਉੱਠੋ ਤੁਹਾਨੂੰ ਸੌਂਦੀ ਪਈ ਆ ਨਹੀਂ ਸੁੱਤਾ ਨਹੀਂ ਮੈਂ ਤਾਂ ਉੱਦਾਂ ਲੰਮੇ ਪਿਆ ਸੀ ਯਾਰ ਕੀ ਸਿਸਟਮ ਆ ਪ੍ਰੀਤ ਦਾ ਕੀ ਹੋਇਆ ਵਾ ਕੱਲ੍ਹ ਮੈਨੂੰ ਇੰਨਾ ਬੋਲੀ ਨਾ ਗੁੱਸੇ 'ਚ ਮੈਂ ਕਿਹਾ ਮੈਂ ਪਿਆਜ਼ ਕਟਾਉਂਦੀ ਹਾਂ ਅਤੇ ਕਹਿੰਦੀ ਨਹੀਂ ਮੈਂ ਆਪੇ ਕਰ ਲੂੰਗੀ ਇੰਨਾ ਗੁੱਸੇ 'ਚ ਬੋਲੀ ਮੈਨੂੰ ਮੈਂ ਤੁਹਾਨੂੰ ਕੱਲ੍ਹ ਹੀ ਦੱਸਣਾ ਸੀ ਤਾਂ ਤੁਸੀਂ ਘਰ ਨਹੀਂ ਹੈਗੇ ਚੱਲ ਕੋਈ ਨਹੀਂ ਤੂੰ ਨਾ ਟੈਨਸ਼ਨ ਲੈ ਵੱਡੀ ਆ ਤੇਰੇ ਤੋਂ ਫਿਰ ਕੀ ਤੈਨੂੰ ਬੋਲਦਾ ਤੇ ਮੈਂ ਤਾਂ ਇੰਨੇ ਪਿਆਰ ਨਾਲ ਬੋਲਿਆ ਕਿ ਮੈਂ ਕਿਹਾ ਲਿਆਓ ਮੈਂ ਤੁਹਾਨੂੰ ਪਿਆਜ਼ ਕਟਾਉਂਦੀ ਹਾਂ ਚੱਲ ਕੋਈ ਨਹੀਂ ਕਿਸੇ ਦੇ ਉਹਦਾ ਬੰਦਾ ਖਿਜਿਆ ਹੁੰਦਾ ਵਾ ਕੋਈ ਨਹੀਂ ਉਹ ਟੈਨਸ਼ਨ ਵਾਲੀ ਗੱਲ ਹੈਗਾ ਭਾਬੀ ਤਾਂ ਦੀ ਨਹੀਂ ਹੈਗੀ ਮੈਨੂੰ ਲੱਗਦਾ ਉਹ ਨਾ ਮੇਰੇ ਤੋਂ ਜੈਲਸ ਕਰਦੀ ਆ ਨਹੀਂ 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 ਜੇ ਵੱਡੀ ਆ ਤੇਰੇ ਤੋਂ ਫਿਰ ਕੀ ਤੈਨੂੰ ਦੋ ਗੱਲਾਂ ਕਹਿ ਵੀ ਦਿੰਦੀ ਆ ਤੇ ਤੂੰ ਨਾ ਟੈਨਸ਼ਨ ਲਿਆ ਕਰ ਹੋਰ ਆ ਸਹਿਜ ਉਹ ਮੈਨੂੰ ਇਦਾਂ ਪੈਂਦੀ ਆ ਨਹੀਂ ਤੁਹਾਨੂੰ ਮੇਰਾ ਇੱਥੇ ਆਉਣਾ ਪਸੰਦ ਹੀ ਨਹੀਂ ਹੈਗਾ ਨਹੀਂ ਨਹੀਂ ਇਦਾਂ ਦਾ ਨਹੀਂ ਕੁਛ ਉਹ ਤੇ ਆਪ ਸ਼ਾਪਿੰਗ ਕਰਕੇ ਸਾਰੀ ਤੇਰੇ ਵਿਆਹ ਦੀ ਇੰਨੇ ਚਾਅ ਕੀਤੇ ਉਹਨੇ ਤੇ ਫਿਰ ਤੂੰ ਇਦਾਂ ਕਾਹਤੋਂ ਸੋਚਦੀ ਆ ਉਹ ਇਦਾਂ ਕਈ ਵਾਰੀ ਉਹਦਾ ਬੰਦਾ ਖਿਜਿਆ ਹੁੰਦਾ ਕੰਮ ਕਰ ਤੋਂ ਤੂੰ ਉਹਨਾਂ ਹੈਲਪ ਕਰਾਇਆ ਕਰ ਨਾ ਸਾਰਾ ਕੰਮ ਇਕੱਲੀ ਕਰਦੀ ਆ ਮੈਂ ਹਰ ਵਾਰੀ ਪੁੱਛਦੀ ਵੀ ਮੈਂ ਕੋਈ ਕੰਮ ਕਰਾਵਾਂ 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 ਤੇ ਇਦਾਂ ਬਸ ਗੁੱਸੇ 'ਚ ਮੈਨੂੰ ਪੈਣਾ ਵਾ ਜਾ ਜਾ ਤੂੰ ਆਪਣਾ ਕੰਮ ਕਰ ਤੂੰ ਨਹੀਂ ਮੈਂ ਕਰ ਲੂੰਗੀ ਚੱਲ ਵੱਡੀ ਆ ਤੇਰੇ ਤੋਂ ਕੋਈ ਨਹੀਂ ਜੇ ਕਹਿ ਵੀ ਦਿੱਤਾ ਤੇ ਫਿਰ ਕੀ ਆ ਛੋਟੀ ਆ ਤੂੰ ਮੈਨੂੰ ਨਹੀਂ ਚੰਗਾ ਲੱਗਾ ਗੱਲ ਕੋਈ ਨਹੀਂ ਤੂੰ ਉਹਨਾਂ ਹਰ ਇੱਕ ਹਰੇਕ ਕੰਮ ਕਰਾਇਆ ਕਰ ਚੰਗਾ ਜੋ ਵੀ ਕਹਿੰਦੀ ਕਰਿਆ ਕਰ ਤੂੰ ਨਾ ਆਪਣੇ ਮਨ 'ਚ ਇਹੋ ਜਿਹਾ ਖਿਆਲ ਲਿਆ ਕਰ ਠੀਕ ਆ ਇੱਦਾਂ ਦੀ ਨਹੀਂ ਹੈਗੀ ਭਾਬੀ ਜਾ ਹੁਣ ਕੰਮ ਕਰ ਆਪਣਾ ਫਿਰ ਚੱਲੇ ਜੇ ਕਿਤੇ ਆਹ ਮੈਂ ਚੱਲਿਆ ਸੀ ਬਾਹਰ ਨੂੰ ਮਾੜਾ ਜਿਹਾ ਗੱਲ ਕਰਨੀ ਤੁਹਾਡੇ ਨਾਲ ਇੱਕ ਹਾਂ ਦੱਸ ਕੀ ਹੋਇਆ ਗੱਲ ਹੁਣ ਕਰਨ ਨੂੰ ਜੀਵ ਨਹੀਂ ਕਰਦਾ ਤੇ ਕਰਨੀ ਵੀ ਜ਼ਰੂਰੀ ਆ ਕੀ ਗੱਲ ਹੋਈ ਆ ਦੱਸ ਤਾਂ ਸਹੀ ਮਣੀ ਕਹਿਣ ਡੀ ਮੈਨੂੰ ਕਿ ਪ੍ਰੀਤ ਭਾਬੀ ਤਾਂ ਰੁੱਖਾ ਰੁੱਖਾ ਰਹਿੰਦੀ ਉਹਨਾਂ ਮਤਲਬ ਕਿ ਬੋਲਦੀ ਵੀ ਚੰਗੀ ਤਰ੍ਹਾਂ ਨਹੀਂ ਆ ਇਹ ਉਹ ਕਹਿੰਦੇ ਨੇ ਤੂੰ ਨੰਬਰ ਬਣਾਉਂਦੀ ਮੇਰੇ ਸਾਹਮਣੇ ਕੋਈ ਕੰਮ ਕਰੇ ਤੂੰ ਨੰਬਰ ਬਣਾਉਂਦੀ ਆ ਤੂੰ ਜੇ ਵੋ ਘਰ ਦੀ ਚੌਧਰ ਤੇਰੇ ਕੋਲ ਨਹੀਂ ਮੈਂ ਆਉਂਦਣੀ ਜੇ ਵੋ ਆਹ ਗੱਲਾਂ ਕਰੀ ਜਾਂਦੀ ਗੱਲ ਦਵਾਕਾ ਯਾਰ ਤੇਰੀ ਠੀਕ ਆ ਜਿੱਦਣ ਦਾ ਤੇਰਾ ਵਿਆਹ ਹੋਇਆ ਨਾ ਮੈਂ ਆਪ ਵੇਖਣ ਡਿਆ ਬੜਾ ਉਹਦਾ ਫਰਕ ਪੈ ਗਿਆ ਪਤਾ ਨਹੀਂ ਯਾਰ ਕੀ ਗੱਲ ਹੁਣ ਸਾਰੇ ਘਰ ਦੀ ਜ਼ਿੰਮੇਵਾਰੀ ਭਾਬੀ ਕੋ ਆ ਸਾਰਾ ਕੁਛ ਪੈਸਾ ਧੇਲਾ ਜਾਣਾ ਗੱਟਾ ਸਾਰਾ ਭਾਬੀ ਕੋ ਆ ਮੈਨੂੰ ਤੇ ਆਪ ਇਸੇ ਗੱਲ ਦਾ ਡਰ ਲੱਗਾ ਰਹਿੰਦਾ ਆ ਕਿ ਆਪਣੇ ਵਿੱਚ ਫੇਕਣਾ ਪੈ ਜਾਏ ਕਿਸੇ ਗੱਲੋਂ ਉਹੀ ਗੱਲ ਫੇਕ ਪੈਣ ਵਾਲੀ ਗੱਲ ਹੈ ਹੁਣ ਕੱਲ੍ਹ ਨੂੰ ਗੱਲ ਵੱਧ ਗਈ
ਹੁਣ ਮੈਂ ਮੰਮੀ ਨਾਲ ਤਾਂਹੀਓ ਕੋਈ ਗੱਲ ਨਹੀਂ ਕਰਦਾ ਪਿਆ ਕਿ ਜੇ ਕੋਈ ਗੱਲ ਕੀਤੀ ਫਿਰ ਮੰਮੀ ਉਹਦੇ ਨਾਲ ਗੱਲ ਕਰਨ ਤਾਂ ਹੀ ਮੈਂ ਤੁਹਾਡੇ ਨਾਲ ਸ਼ੁਰੂ ਕੀਤੀ ਨਾ ਪਹਿਲਾਂ ਮੈਂ ਆਪਣੀ ਮੰਮੀ ਨਾਲ ਗਿਆ ਅਤੇ ਬਾਕੀ ਵੇਖ ਲਓ ਸਮਝਾ ਕੇ ਜੇ ਭਾਬੀ ਇੱਦਾਂ ਪੁੱਛੋ ਨਾਲੇ ਵੀ ਕਿਉਂ ਕਰਦੇ ਪਏ ਇੱਦਾਂ ਪਹਿਲੀ ਗੱਲ ਤਾਂ ਪੁੱਛੋ ਕਰ ਮੈਂ ਪੁੱਛੂਗਾ ਉਹਨੂੰ ਮੰਮੀ ਨਾਲ ਵੀ ਕਰਦੇ ਹਾਂ ਗੱਲ ਸਾਰੇ ਜਣੇ ਬਹਿ ਕੇ ਜਿਹੜੀ ਗੱਲ ਬਾਤ ਹੈਗੀ ਆ ਨਾ ਆਪਾਂ ਉਹਦਾ ਮਸਲੇ ਦਾ ਹੱਲ ਕਰ ਲਈਏ ਇੱਦਾਂ ਚੰਗੇ ਨਹੀਂ ਲੱਗੀਦਾ ਕਦਮ ਤੋਂ ਪਹਿਲਾਂ ਮਸਲਾ ਹੱਲ ਹੋ ਜਾਵੇ ਤਾਂ ਸਹੀ ਰਹਿੰਦਾ ਆ ਸਹੀ ਗੱਲ ਆ ਬਾਕੀ ਤੂੰ ਫਿਕਰ ਨਾ ਕਰ ਮੈਂ ਹੋ ਕੇ ਆ ਜਾ ਮਾੜਾ ਜਾ ਦੁਕਾਨ ਤੋਂ ਫਿਰ ਆ ਕੇ ਕਰਦਾ ਗੱਲ ਚੰਗਾ ਚਲੋ ਠੀਕ ਆ ਮੇਰੀ ਗੱਲ ਸੁਣ ਹਾਂਜੀ ਉੱਠ ਕੇ ਬਹਿ ਮੈਨੂੰ ਅੱਜ ਸਹਿਜ ਦੱਸਣ ਡਿਆ ਸੀ ਕਿ ਤੂੰ ਮਣੀ ਨਾਲ ਚੰਗਾ ਵਿਵਹਾਰ ਨਹੀਂ ਕਰਦੀ ਮੇਰੀ ਮਣੀ ਨੂੰ ਕੁਛ ਵੀ ਨਹੀਂ ਗਿਆ ਹੈਗਾ ਵੇਖ ਮੇਰੀ ਗੱਲ ਸੁਣ ਇੱਦਾਂ ਨਹੀਂ ਚੰਗੀ ਲੱਗੀਦਾ ਜਿਹੜੀ ਗੱਲ ਦਾ ਮੈਨੂੰ ਡਰ ਸੀ ਨਾ ਉਹ ਗੱਲ ਕਿਸੇ ਦਿਨ ਹੋ ਜਾਣੀ ਆ ਮੈਂ ਨਹੀਂ ਚਾਹੁੰਦਾ ਕਿ ਅਸੀਂ ਦੋਵੇਂ ਜਾਣੇ ਅੱਡ ਬਾਰੇ ਹੋਈਏ ਮੈਂ ਕਦੀ ਗਿਆ ਅੱਜ ਤੱਕ ਅੱਡ ਬਾਰੇ ਹੋਣ ਲਈ ਕਿਹਾ ਤਾਂ ਨਹੀਂ ਪਰ ਜਿੱਦਾਂ ਦੇ ਤੇਰੇ ਕੰਮ ਆ ਜਿੱਦਾਂ ਦੇ ਤੇਰੇ ਲੱਛਣ ਆ ਦਿਖਣ ਡਿਆ ਵਾ ਤਾਂ ਕਰਵਾ ਵੀ ਦੇਣਾ ਉਹਨਾਂ ਨੇ ਠੀਕ ਆ ਨਾ ਜੇ ਤੈਨੂੰ ਕਿਸੇ ਗੱਲ ਦੀ ਕਮੀ ਪੇਸ਼ੀ ਆ ਤੂੰ ਦੱਸ ਸਾਨੂੰ ਘਰ ਦੇ ਵਿੱਚ ਤੈਨੂੰ ਤਕਲੀਫ ਕਿਹੜੀ ਗੱਲ ਦੀ ਆ ਨਹੀਂ ਜੇ ਇੱਕ ਮਿੰਟ ਲਈ ਕਰਵਾ ਵੀ ਦੇਣਗੇ ਤਾਂ ਅੱਗੇ ਕਿਹੜਾ ਲੋਕ ਅੱਡ ਨਹੀਂ ਹੁੰਦੇ ਹੈਗੇ ਵੇਖਿਆ ਤੇਰੇ ਦਿਲ ਦੇ ਵਿੱਚ ਤਾਂ ਉਹ ਗੱਲ ਹੈਗੀ ਨਾ ਤੈਨੂੰ ਲੱਗਦਾ ਕਿ ਤੇਰਾ ਜਿਹੜਾ ਅਹੁਦਾ ਆ ਨਾ ਉਹ ਨਿੱਕਾ ਹੋ ਗਿਆ ਉਹਦਾ ਵਿਆਹ ਹੋ ਗਿਆ ਤੇ ਹੁਣ ਉਹਦੀ ਅਕਸਰ ਨੂੰ ਵਾਈਫ ਆ ਮਣੀ ਉਹ ਵੀ ਘਰ ਦਾ ਜੀ ਆ ਫੈਮਿਲੀ ਦਾ ਮੈਂਬਰ ਬਣ ਗਈ ਆ ਹੁਣ ਉਹਨੂੰ ਵੀ ਤਾਂ ਸਾਨੂੰ ਉਨਾ ਹੀ ਪਿਆਰ ਦੇਣਾ ਪੈਣਾ ਆ ਜਿੰਨਾ ਤੈਨੂੰ ਮਿਲਦਾ ਰਿਹਾ ਘਰ ਦੇ ਵਿੱਚ ਵੱਖਰੀ ਗੱਲ ਆ ਕਿ ਤੈਨੂੰ ਜ਼ਿਆਦਾ ਮਿਲਿਆ ਤਾਂ ਹੁਣ ਤੈਨੂੰ ਥੋੜ੍ਹਾ ਜਿਹਾ ਘੱਟ ਹੋ ਗਿਆ ਤਾਂ ਤੈਨੂੰ ਐਂ ਲੱਗਣ ਡਿਆ ਕਿ ਮੈਂ ਨਿੱਕੀ ਹੋ ਗਈ ਮੇਰਾ ਅਹੁਦਾ ਘੱਟ ਗਿਆ ਮੈਂ ਕਦੋਂ ਕਹਿਣ ਡਿਆ ਕਿ ਮੈਨੂੰ ਪਿਆਰ ਨਹੀਂ ਮਿਲਦਾ ਹੈਗਾ ਮੈਨੂੰ ਸਾਰਾ ਕੁਛ ਮਿਲਦਾ ਹੈਗਾ ਫਿਰ ਕਿਹੜੀ ਗੱਲ ਦੀ ਕਮੀ ਆ ਕਿਉਂ ਕਰਦੀ ਮੈਂ ਕੁਛ ਵੀ ਨਹੀਂ ਕੀਤਾ ਚੌਧਰ ਘੱਟ ਗਈ ਤੇਰੀ ਮੈਂ ਕਿਹਾ ਚੌਧਰ ਘੱਟ ਗਈ ਮੇਰੀ ਮੈਂ ਕਹਿਣਾ ਠੀਕ ਹੈ ਜਿੱਦਾਂ ਚੱਲਣ ਡਿਆ ਕੰਮ ਚਲਾਈ ਜਾਓ ਇੱਦਾਂ ਨਹੀਂ ਨਾ ਚੱਲਦੇ ਕੰਮ ਜੇ ਘਰ ਦੇ ਵਿੱਚ ਇੱਦਾਂ ਇੱਕ ਜਣਾ ਟੇਢਾ ਚੱਲੇ ਨਾ ਤਾਂ ਫਿਰ ਉਹ ਗੱਲ ਨਹੀਂ ਬਣਦੀ ਇੱਕ ਵਾਰੀ ਫੇਕ ਨਿਕਲ ਜਾਣਾ ਤਾਂ ਰਿਸ਼ਤੇਦਾਰੀਆਂ ਦੇ ਵਿੱਚ ਪਹਿਲਾਂ ਵਾਲਾ ਮਜ਼ਾ ਨਹੀਂ ਰਹਿੰਦਾ ਫਿਰ ਜੇ ਹੁਣ ਘਰ ਦੇ ਵਿੱਚ ਇੱਦਾਂ ਦਾ ਕੰਮ ਹੋਜੂਗਾ ਮੰਨ ਲਾ ਅਸੀਂ ਅੱਜ ਉਹਨੇ ਮੈਨੂੰ ਕਿਹਾ ਵਾ ਕੱਲ੍ਹ ਨੂੰ ਮੈਂ ਉਹਨੂੰ ਕੋਈ ਗੱਲਬਾਤ ਕਹੂੰਗਾ ਅੱਡ ਹੀ ਹੋਣਾ ਸੀ ਗਾਂਹ ਜਾ ਕੇ ਹੋਰ ਕੀ ਹੋਣਾ ਆਹ ਕੰਮ ਜਿਹੜੇ ਆ ਨਾ ਛੱਡਦੇ ਠੀਕ ਆ ਜੇ ਬਹੁਤੀ ਕਿਸੇ ਗੱਲ ਦੀ ਪ੍ਰੋਬਲਮ ਆ ਤਾਂ ਚੱਲ ਆ ਮੰਮੀ ਕੋਲ ਚੱਲਦੇ ਹਾਂ ਉੱਥੇ ਬਹਿ ਕੇ ਉਹਨਾਂ ਨੂੰ ਵੀ ਸੱਦਦਾ ਹਾਂ ਸਾਰੇ ਆਪਾਂ ਮਸਲੇ ਦਾ ਹੱਲ ਕੱਢ ਲੈਂਦੇ ਉੱਥੇ ਆਖਰ ਨੂੰ ਅੱਜ ਨਾ ਵਿਆਹ ਹੁੰਦਾ ਕੱਲ ਨਾ ਹੁੰਦਾ ਸਾਲ ਡੇਢ ਸਾਲ ਦੋ ਸਾਲਾਂ ਨੂੰ ਚੌਵਾਂ ਸਾਲਾਂ ਨੂੰ ਹੁਣ ਇੱਥੇ ਆਈ ਸੀ ਇੱਕ ਦਿਨ ਤਾਂ ਵਿਆਹ ਹੋਣਾ ਹੀ ਹੋਣਾ ਸੀ ਤੇ ਉਹਨੇ ਆਉਣਾ ਹੀ ਸੀ ਸਾਰੀ ਉਮਰ ਮੇਰੀ ਤਾਂ ਨਹੀਂ ਚੱਲਣੀ ਹੈਗੀ ਇਸ ਕਰਕੇ ਮੈਂ ਤਾਂ ਨਹੀਂ ਇਕੱਲੀ ਨੇ ਰਾਜ ਕਰਨਾ ਹੈਗਾ ਗਲਤੀ ਤਾਂ ਮੇਰੀ ਹੈ ਮੈਂ ਵੀ ਕੁਛ ਜ਼ਿਆਦਾ ਹੀ ਰੂਠ ਕਰਦੀ ਹਾਂ ਇਹਦੇ ਨਾਲ ਘਰਦਿਆਂ ਨਾਲ ਵੀ ਨਾਰਾਜ਼ ਉਹਨੇ ਵੀ ਤਾਂ ਆਪਣੀ ਜਗ੍ਹਾ ਕਰਨੀ ਸੀ ਬਣਾਉਣੀ ਆ ਘਰ ਵਿੱਚ ਗਲਤੀ ਤਾਂ ਮੇਰੀ ਆ ਪਰ ਮੈਂ ਹੁਣ ਵਿੱਕੀ ਨੂੰ ਕਹਿੰਦੀ ਮੰਮੀ ਨਾਲ ਗੱਲ ਨਾ ਕਰਨਾ ਤਾਂ ਚੱਲ ਕੋਈ ਨਹੀਂ ਮੈਂ ਸੋਰੀ ਫੀਲ ਕਰ ਲੈਂਦੀ ਹਾਂ ਉੱਦਾਂ ਵਿੱਕੀ ਦੱਸ ਕੀ ਗੱਲ ਸੋਰੀ ਤੁਸੀਂ ਨਾ ਮੰਮੀ ਨਾਲ ਨਾ ਕੋਈ ਗੱਲ ਕਰਿਓ ਠੀਕ ਆ ਮੈਨੂੰ ਸਮਝ ਲੱਗ ਗਈ ਆ ਕਿ ਮੈਂ ਗਲਤ ਸੀ ਕਿਉਂਕਿ ਮੈਂ ਜ਼ਿਆਦਾ ਹੀ ਉਹਦੇ ਨਾਲ ਮੈਂ ਸੋਚਦੀ ਸੀ ਕਿ ਸ਼ਾਇਦ ਇਹਦਾ ਵਿਆਹ ਹੋ ਜਾਣਾ ਅਤੇ ਮੇਰੀ ਸਾਰੀ ਇਮੇਜ ਖਰਾਬ ਹੋ ਜਾਣੀ ਆ ਮੈਨੂੰ ਪ੍ਰੈਫਰੈਂਸ ਨਹੀਂ ਕਿਸੇ ਨੇ ਦੇਣੀ ਹੈਗੀ ਪਰ ਮੈਂ ਗਲਤ ਸੀ ਕਿ ਵਿਆਹ ਤਾਂ ਇੱਕ ਦਿਨ ਹੋਣਾ ਹੀ ਹੋਣਾ ਸੀ ਪਰ ਤੁਸੀਂ ਹੁਣ ਗੱਲ ਨਾ ਕਰਿਓ ਮੰਮੀ ਹੋਣਾ ਨਾ ਚੱਲ ਤਾਂ ਵੀ ਚੰਗਾ ਜੇ ਤੈਨੂੰ ਆ ਗਈ ਆ ਸਮਝ ਤੇ ਪਰ ਸੋਰੀ ਮੇਰੇ ਕੋਲੋਂ ਨਹੀਂ ਉਹਦੇ ਕੋਲੋਂ ਮੰਗ ਜਿਹਦੇ ਨਾਲ ਤੂੰ ਇੱਦਾਂ ਕਰਦੀ ਰਹੀ ਇੱਦਾਂ ਦਾ ਵਿਵਹਾਰ ਚਲੋ ਤਾਂ ਮੈਂ ਮਣੀ ਨਾਲ ਵੀ ਗੱਲ ਕਰ ਲੈਂਦੀ ਹਾਂ ਸੋਰੀ ਮੰਗ ਲੈਂਦੀ ਹਾਂ ਪਰ ਮੈਂ ਕਿਹਾ ਹੁਣ ਤੁਸੀਂ ਤਾਂ ਚੱਲ ਸ਼ੁਕਰ ਕਰ ਕਿ ਮੰਮੀ ਨੂੰ ਨਹੀਂ ਪਤਾ ਲੱਗਾ ਇਹ ਗੱਲ ਦਾ ਜੇ ਮੰਮੀ ਨੂੰ ਪਤਾ ਲੱਗ ਜਾਂਦਾ ਤਾਂ ਉਹਨਾਂ ਨੇ ਕੀ ਸੋਚਣਾ ਸੀ ਕਿ ਜਿਹਨੂੰ ਮੈਂ ਸਾਰਾ ਕੁਝ ਘਰ ਦਾ ਦਿੱਤਾ ਹੈ ਹੁਣ ਤੱਕ ਸਾਰੀ ਜ਼ਿੰਮੇਵਾਰੀ ਜਿਹਦੇ ਹੱਥ 'ਚ ਦਿੱਤੀ ਆ ਉਹ ਇੱਦਾਂ ਦਾ ਕੰਮ ਡਾ ਕੀ ਕਰਨਾ ਉਹੀ ਨਾ ਚਲੋ ਹੁਣ ਤੁਸੀਂ ਮੰਮੀ ਨਾਲ ਗੱਲ ਕਰਿਓ ਮੈਂ ਕਰ ਲੈਂਦੀ ਹਾਂ ਮਣੀ ਨਾਲ ਗੱਲ ਅਤੇ ਚੱਲ ਨਾ ਭਾਜੀ ਮੈਂ ਗੱਲ ਕਰਿਓ ਠੀਕ ਆ ਸਹਿਜ ਹੁਣ ਚੱਲ ਨਹੀਂ ਕਰਦਾ ਮੈਂ ਗੱਲ ਜਾ ਉਹਦੇ ਕੋਲ ਮਾਰ ਮੰਗ ਜਾ ਕੇ ਮਣੀ ਸੋਰੀ ਯਾਰ ਮੈਂ ਤੇਰੇ ਨਾਲ ਬੜਾ ਗਲਤ ਬੋਲਦੀ ਰਹੀ ਹਾਂ ਅਤੇ ਮੈਨੂੰ ਗਲਤ ਤੁਸੀਂ ਬੋਲਦੇ ਰਹੇ ਹਾਂ ਮੈਂ ਵੀ ਨੋਟਿਸ ਕੀਤੀ ਇਹ ਚੀਜ਼ ਅਤੇ ਮੈਂ ਬਾਅਦ 'ਚ ਸਹਿਜ ਨੂੰ ਵੀ ਕਹੀ ਸੀ ਵੀ ਮੈਂ ਤੁਹਾਨੂੰ ਇੰਨਾ ਮਤਲਬ ਕਿ ਤੁਹਾਡੇ ਨਾਲ ਕੰਮ ਵੀ ਕਰਾਉਂਦੀ ਸਾਰਾ ਫਿਰ ਵੀ ਤੁਹਾਨੂੰ ਕਿੰਨੇ ਪਿਆਰ ਨਾਲ ਬੋਲਦੀ ਤੁਸੀਂ ਅੱਗੋਂ ਮੈਨੂੰ ਕਿੱਦਾਂ ਟੁੱਟ ਪੈਂਦੇ ਸੀ ਮੈਨੂੰ ਇਹ ਲੱਗਾ ਸੀ ਕਿ ਸ਼ਾਇਦ ਕੱਲ੍ਹ ਨੂੰ ਆਣ ਕੇ ਜਿੱਦਾਂ ਤੂੰ ਆਣ ਕੇ ਅਤੇ ਤੂੰ ਅੱਗੇ ਹੋ ਜਾਣਾ ਮੇਰੇ ਤੋਂ ਮੈਂ ਪਿੱਛੇ ਹੋ ਜਾਣਾ ਸਾਰੇ ਘਰਦਿਆਂ ਨੇ ਤੈਨੂੰ ਪਿਆਰ ਕਰਨਾ ਮੈਨੂੰ ਇਹ ਚੀਜ਼ ਦਾ ਸੀ ਤਾਂ ਹੀ ਇਹ ਚੀਜ਼ ਆਉਂਦੀ ਹੈਗੀ ਮੈਨੂੰ ਹੋਰ ਕੇ ਗੱਲ ਦਾ ਸੀ ਮੈਂ ਕੱਢ ਦਿੰਦੀ ਸੀ ਪਰ ਮੇਰੀ ਗਲਤੀ ਸੀਗੀ
ਚਲੋ ਕੋਈ ਗੱਲ ਨਹੀਂ ਅੱਗੇ ਤੋਂ ਨਹੀਂ ਆਪਾਂ ਇੱਦਾਂ ਕਰਨਾ ਮੈਨੂੰ ਸੋਰੀ ਯਾਰ ਮੇਰੇ ਕੋਈ ਗੱਲ ਨਹੀਂ ਵੇਖੋ ਤੁਸੀਂ ਮੇਰੇ ਤੋਂ ਵੱਡੇ ਜੇ ਹੈ ਨਾ ਤੁਸੀਂ ਜ਼ਿੰਮੇਵਾਰੀ ਚੁੱਕੀ ਹੈ ਮੈਂ ਤਾਂ ਖੁਦ ਨਹੀਂ ਇਹਨਾਂ ਜ਼ਿੰਮੇਵਾਰੀਆਂ 'ਚ ਪੈਣਾ ਚਾਹੁੰਦੀ ਮੈਨੂੰ ਇਹ ਲੱਗਾ ਕਿ ਜਿੱਦਾਂ ਤੁਸੀਂ ਵਿਆਹ ਕੇ ਆਉਣਾ ਸਾਰੇ ਘਰਦਿਆਂ ਨੇ ਤੁਹਾਨੂੰ ਪਿਆਰ ਕਰਿਆ ਕਰਨਾ ਮੈਨੂੰ ਪੁੱਛਣਾ ਕਿਸੇ ਨਾਲ ਤੁਸੀਂ ਇਹ ਗੱਲ ਕਿੱਦਾਂ ਸੋਚ ਲਈ ਆ ਤੁਸੀਂ ਤੁਹਾਡੇ 'ਤੇ ਵੀ ਟਾਈਮ ਆਇਆ ਹੋਊਗਾ ਤੁਹਾਨੂੰ ਵੀ ਸਾਰਿਆਂ ਨੇ ਪਿਆਰ ਕੀਤਾ ਹੁਣ ਮੈਂ ਨਵੀਂ ਨਵੀਂ ਆਈ ਮੇਰਾ ਦਿਲ ਉਹੀ ਨਾ ਪਰ ਮੈਨੂੰ ਮੇਰਾ ਵਹਿਮ ਬੜਾ ਵੱਡਾ ਗਲਤ ਸੀ ਕਿ ਮੈਨੂੰ ਲੱਗਾ ਸੀ ਕਿ ਸ਼ਾਇਦ ਨਹੀਂ ਮੈਨੂੰ ਇਹਨਾਂ ਨੇ ਪਿੱਛੇ ਕੱਢ ਦੇਣਾ ਵਾ ਅਤੇ ਆਪ ਦੀ ਨੂੰ ਅੱਗੇ ਅੱਗੇ ਕਰ ਦੇਣਾ ਮੈਨੂੰ ਇਹ ਗੱਲ ਦਾ ਗੁੱਸਾ ਸੀਗਾ ਇੱਦਾਂ ਗਲਤ ਸੀ ਇਹ ਨਹੀਂ ਹੁੰਦਾ ਹਾਂਜੀ ਚਲੋ ਕੋਈ ਨਹੀਂ ਤੁਹਾਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਨਾ ਇਹੀ ਬਹੁਤ ਆ ਹਾਂਜੀ ਨਹੀਂ ਹੁਣ ਆਪਾਂ ਰਲ ਮਿਲ ਕੇ ਮੰਮੀ ਨਾਲ ਜ਼ਿੰਮੇਵਾਰੀ ਨਿਭਾਵਾਂਗੇ ਦੋਵੇਂ ਜਾਣੀਆਂ ਮੈਂ ਇਕੱਲੀ ਕਿਉਂ ਜ਼ਿੰਮੇਵਾਰੀ ਚੱਕਾਂ ਤੁਸੀਂ ਵੀ ਮੇਰੇ ਨਾਲ ਪੂਰਾ ਆਪਾਂ ਇਕੱਠੇ ਰਹਿਣਾ ਇੱਕ ਵੱਖ ਹੋਣ ਦੀ ਤਾਂ ਗੱਲ ਹੀ ਨਹੀਂ ਨਾ ਕਦੀ ਵੀ ਆਪਾਂ ਕਰਨੀ ਹੈਗੀ ਵੀ ਅਤੇ ਇਕੱਠੇ ਰਹਿਣਾ ਵਾ ਅਤੇ ਸੋਰੀ ਮੈਂ ਫਿਰ ਮੰਮੀ ਨਾਲ ਕੋਈ ਗੱਲ ਕਰਿਓ ਹਾਂ